ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਅੱਜ ਦੇ ਵੀਡੀਓ ਦੇ ਵਿੱਚ ਅੱਜ ਅਸੀਂ ਵਾਤਾਵਰਣ ਸਿੱਖਿਆ ਦਾ ਪਾਠ ਨੰਬਰ 12 ਕਰਾਂਗੇ ਜੋ ਕਿ ਹੈ ਟਿਕਾਊ ਖੇਤੀਬਾੜੀ ਸਸਟੇਨੇਬਲ ਐਗਰੀਕਲਚਰ ਪਾਠ 3 ਇਹ ਤੋਂ ਪਹਿਲੇ ਇਹਦਾ ਭਾਗ ਪਹਿਲਾ ਤੇ ਦੂਜਾ ਤੁਹਾਨੂੰ ਕਰਵਾ ਚੁੱਕੇ ਆ ਤਾਂ ਬਿਨਾਂ ਦੇਰ ਕੀਤੇ ਵੀਡੀਓ ਸ਼ੁਰੂ ਕਰਦੇ ਆ ਪਹਿਲੇ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਹੈ ਮਿਸ਼ਰਤ ਖੇਤੀ ਕਿਸ ਨੂੰ ਆਖਦੇ ਹੈ ਇੱਕੋ ਹੀ ਖੇਤ ਵਿੱਚ ਇੱਕ ਸਮੇਂ ਦੋ ਜਾਂ ਦੋ ਤੋਂ ਵੱਧ ਫਸਲਾਂ ਦੀ ਖੇਤੀ ਕਰਨ ਨੂੰ ਮਿਸ਼ਰਤ ਖੇਤੀ ਆਖਦੇ ਆ ਠੀਕ ਹੈ ਜੀ ਸੋ ਮਿਸ਼ਰਤ ਖੇਤੀ ਦਾ ਮਕਸਦ ਹੁੰਦਾ ਹੈ ਕਿ ਜੋ ਸੰਭਾਵੀ ਖਤਰੇ ਐ ਉਹ ਤੋਂ ਹੋਣ ਵਾਲੀਆਂ ਹਾਨੀਆਂ ਤੋਂ ਬਚਾਉਣਾ ਜਿੱਦਾਂ ਮੀਂਹ ਵਗੈਰਾ ਨਾਲ ਜਿਹੜਾ ਨੁਕਸਾਨ ਹੁੰਦਾ ਹੈ ਜਿਸ ਤਰ੍ਹਾਂ ਅਸੀਂ ਕਣਕ ਤੇ ਸਰੋਂ ਮੂੰਗਫਲੀ ਤੇ ਸੂਰਜਮੁਖੀ ਇਹ ਸਾਰੇ ਇਕੱਠੇ ਵੀ ਸਕਦੇ ਆ ਇਹਨੂੰ ਮਿਸ਼ਰਤ ਖੇਤੀ ਦੀ ਉਦਾਹਰਣ ਵੀ ਹੈ ਜਰਾਇਤ ਵਿੱਚ ਇੱਕੋ ਫਸਲ ਦਾ ਉਗਾਉਣਾ ਇੱਕ ਫਸਲੀ ਵੰਡੀ ਮਿੱਟੀ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ ਹਰ ਸਾਲ ਇੱਕੋ ਖੇਤ ਵਿੱਚ ਇੱਕ ਤਰ੍ਹਾਂ ਦੀ ਬਿਜਾਈ ਕੀਤੀ ਜਾਂਦੀ ਹੈ ਜੇ ਕਰਦੇ ਰਹੀਏ ਤਾਂ ਖੇਤ ਵਿੱਚੋਂ ਇੱਕੋ ਹੀ ਕਿਸਮ ਦੇ ਪੋਸ਼ਟ ਪਦਾਰਥ ਖਤਮ ਹੋ ਜਾਣਗੇ ਜਿਸ ਕਾਰਨ ਉਤਪਾਦਕਤਾ ਵਿੱਚ ਕਮੀ ਆਏਗੀ ਤੇ ਮਿੱਟੀ ਦੀ ਜੋ ਉਪਜਾਊ ਸ਼ਕਤੀ ਹੈ ਉਹ ਘਟ ਜਾਂਦੀ ਹੈ ਠੀਕ ਹੈ ਜੀ ਅੱਗੇ ਹੈ ਜੀ ਜੈਵ ਖਾਦ ਬਾਇਓ ਫਰਟੀਲਾਈਜ਼ਰ ਕੀ ਹੈ ਜੈਵ ਖਾਦ ਜੋ ਹੈ ਸੁਖਮ ਜੀਵ ਹੁੰਦੇ ਆ ਜਿਹੜੇ ਮਿੱਟੀ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਕਰਦੇ ਆ ਤੇ ਪਰਿਸਥਿਤਿਕ ਹਾਲਾਤਾਂ ਵਿੱਚ ਸੁਧਾਰ ਲਿਆਉਣ ਦੇ ਨਾਲ-ਨਾਲ ਵਾਤਾਵਰਣ ਦੇ ਸੰਕਟਾਂ ਨੂੰ ਘਟਾਉਂਦੇ ਆ ਠੀਕ ਹੈ ਜੀ ਇਸ ਵਿੱਚ ਪਾਏ ਜਾਂਦੇ ਵਿਸ਼ਿਸ਼ਟ ਕਿਸਮ ਦੇ ਸੁਖਮ ਜੀਵ ਜਿਵੇਂ ਉਲੀਆਂ ਬੈਕਟੀਰੀਆ ਸਾਈਨੋ ਬੈਕਟੀਰੀਆ ਵਗੈਰਾ ਹੁੰਦੇ ਆ ਚੌਥਾ ਬ੍ਰੇਸ਼ਨ ਹੈ ਜੀ ਜੀਐਮ ਜੈਨੇਟਿਕਲੀ ਮੋਡੀਫਾਈਡ ਕ੍ਰੋਪ ਤੋਂ ਕੀ ਭਾਵ ਹੈ ਇਹਦੇ ਵਿੱਚ ਫਸਲਾਂ ਅਤੇ ਪਸ਼ੂਆਂ ਧੰਨ ਦੇ ਡੀਐਨਏ ਨੂੰ ਬਾਇਓਟੈਕਨੋਲੋਜੀ ਦੀ ਵਰਤੋਂ ਕਰਕੇ ਵਿੱਚ ਸੁਧਾਰ ਲਿਆ ਜਾਂਦਾ ਹੈ ਅਜਿਹਾ ਸੁਧਾਰ ਜੋ ਹੈ ਲਿਆਂਦੇ ਫਲ ਸ੍ਰੂਪ ਇਹਨਾਂ ਸੁਧਰੀਆਂ ਹੋਈਆਂ ਫਸਲਾਂ ਤੇ ਪਸ਼ੂਰਨ ਧਨ ਨਾ ਕੇਵਲ ਗੁਣਵੱਤਾ ਵਧਦੀ ਹੈ ਸਗੋਂ ਇਹਨਾਂ ਦੀ ਉਤਪਾਦਕਤਾ ਵਿੱਚ ਕਾਫੀ ਵਿਰੇਧੀ ਹੁੰਦੀ ਹੈ ਸੋ ਇਹਨੂੰ ਅਸੀਂ ਜੈਨਨਿਕ ਤੌਰ ਤੇ ਸੁਧਰੀਆਂ ਹੋਈਆਂ ਫਸਲਾਂ ਜੈਨੇਟਿਕ ਮੋਡੀਫਾਈਡ ਕ੍ਰੋਪ ਦਾ ਵੀ ਨਾਮ ਦਿੰਦੇ ਆ ਸੁਦੇਸ਼ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਫਸਲਾਂ ਨੇ ਜੋ ਇਸ ਤਰ੍ਹਾਂ ਤਿਆਰ ਹੋਈਆਂ ਜਿਸ ਤਰ੍ਹਾਂ ਸੀ ਦੇਸ਼ ਵਿੱਚ ਕਣਕ ਧਾਨ ਬ੍ਰੈਸ ਬ੍ਰੈਸੀਕਾ ਸਰੋਂ ਮੂੰਗਫਲੀ ਅਰਹਰ ਆਲੂ ਟਮਾਟਰ ਪੱਤਾ ਗੋਭੀ ਜੋ ਹੈ ਤੋਂ ਇਹ ਸਾਰੇ ਇਸ ਲਈ ਕੀਤੇ ਗਏ ਹੈ ਜੈਨੇਟਿਕ ਕਣਕ ਵਿੱਚ ਪ੍ਰੋਟੀਨ ਦੀ ਮਾਤਰਾ ਦੇ ਨਾਲ-ਨਾਲ ਕਈ ਕਿਸਮ ਦੇ ਹੋਰ ਪਦਾਰਥ ਵੀ ਹੈ ਦਾ ਲਾਈਸਿਨ ਨਾਂ ਦਾ ਅਮੀਨੋ ਐਸਿਡ ਜ਼ਿਆਦਾ ਹੈ ਅਗਲਾ ਪ੍ਰਸ਼ਨ ਤੁਸੀਂ ਦੇਖ ਸਕਦੇ ਹੋ ਭੋਜਨ ਦੀ ਸਾਮ ਸੰਭਾਲ ਪ੍ਰੀਜ਼ਰਵੇਸ਼ਨ ਕਿਉਂ ਜ਼ਰੂਰੀ ਹੈ ਲੋਕਾਂ ਦੀਆਂ ਜ਼ਰੂਰਤਾਂ ਦੀ ਪੂਰਤੀ ਕਰਨ ਦੇ ਲਈ ਖਾਦ ਪਦਾਰਥਾਂ ਦੀ ਕਾਫੀ ਜ਼ਿਆਦਾ ਮਾਤਰਾ ਵਿੱਚ ਉਪਜ ਹੋਣ ਜੋ ਹੈ ਬਹੁਤ ਜ਼ਰੂਰੀ ਹੈ ਤਾਂ ਕਿ ਲੋਕਾਂ ਨੂੰ ਪੋਸ਼ਟਿਕ ਤੱਤ ਮਿਲ ਸਕਣ ਪਰ ਫਸਲਾਂ ਦੇ ਝਾੜ ਰੁੱਤਾਂ ਤੇ ਹਰੇਕ ਇਲਾਕੇ ਦੇ ਸੁਭਾਅ ਉਪਰ ਨਿਰਭਰ ਕਰਦਾ ਹੈ ਜੇਕਰ ਅਸੀਂ ਖਾਦ ਪਦਾਰਥਾਂ ਨੂੰ ਬਹੁਤ ਅਦਿਕ ਮਾਤਰਾ ਵਿੱਚ ਪੈਦਾ ਕਰ ਲਈਏ ਤਾਂ ਇਸ ਗੱਲ ਦੀ ਕੋਈ ਗਰੰਟੀ ਨਹੀਂ ਹੈ ਕਿ ਸਾਰੇ ਲੋਕ ਲਗਾਤਾਰ ਭੋਜਨ ਉਪਲਬਧ ਕਰ ਸਕਣਗੇ ਇਸ ਲਈ ਅਜਿਹਾ ਕਰਨ ਨੂੰ ਸੰਭਵ ਬਣਾਉਣ ਲਈ ਜ਼ਰੂਰੀ ਹੈ ਕਿ ਅਰੇਹ ਢੰਗ અપਨਾਏ ਜਾਣ ਜਿਸ ਨਾਲ ਖਾਦ ਪਦਾਰਥ ਹਰੇਕ ਆਦਮੀ ਤੱਕ ਹਰ ਸਮੇਂ ਬਾਜ਼ੀਵੀ ਕੀਮਤ ਤੇ ਆਸਾਨੀ ਨਾਲ ਉਪਲਬਧ ਹੋਵੇ ਅਜਿਹਾ ਕੇਵਲ ਭੋਜਨ ਨੂੰ ਠੀਕ ਢੰਗ ਨਾਲ ਸੁਰੱਖਿਤ ਕਰਕੇ ਪ੍ਰਿਜ਼ਰਵ ਕਰਕੇ ਹੀ ਕੀਤਾ ਜਾ ਸਕਦਾ ਹੈ ਠੀਕ ਹੈ ਵਿਦਿਆਰਥੀ ਅੱਗੇ ਹੈ ਜੀ ਵੱਡੇ ਉੱਤਰਾਂ ਵਾਲੇ ਪ੍ਰਸ਼ਨ ਪਹਿਲਾ ਪ੍ਰਸ਼ਨ ਹੈ ਜੈਵ ਖਾਦਾਂ ਰਸਾਇਣਿਕ ਖਾਦਾਂ ਤੋਂ ਵੱਧ ਲਾਹੇਵੰਦ ਕਿਵੇਂ ਹੈ ਰਸਾਇਣਿਕ ਖਾਦਾਂ ਬੜੀਆਂ ਮਹਿੰਗੀਆਂ ਹਨ ਉਦਯੋਗੀਕਰਨ ਦੇ ਪਦਰਤ ਉੱਚੀ ਹੋਣ ਕਾਰਨ ਇਹਨਾਂ ਖਾਦਾਂ ਦੇ ਨਿਰਮਾਣ ਵੀ ਤਸੱਲੀ ਬਖਸ਼ ਨਹੀਂ ਹੈ ਤੇ ਇਹਨਾਂ ਬਨੋਟੀ ਖਾਦਾਂ ਤੋਂ ਕਈ ਪ੍ਰਕਾਰ ਦੇ ਪੋਸ਼ਟਿਕ ਤੱਤ ਪੂਰੀ ਤਰ੍ਹਾਂ ਪ੍ਰਾਪਤ ਨਹੀਂ ਹੁੰਦੇ ਖੇਤਾਂ ਵਿੱਚ ਵਰਤੀਆਂ ਜਾਂਦੀਆਂ ਜੈਵ ਖਾਦਾਂ ਤੇ ਰਸਾਇਣਿਕ ਖਾਦਾਂ ਆਮ ਤੌਰ ਤੇ ਖੇਤਾਂ ਵਿੱਚੋਂ ਰੁੜ ਕੇ ਪਾਣੀ ਦੇ ਸਰੋਤਾਂ 'ਚ ਮਿਲ ਜਾਂਦੀਆਂ ਪਾਣੀ ਨੂੰ ਦੂਸ਼ਿਤ ਕਰਦੀਆਂ ਬਾਤਾ ਬਰਨ ਵਿੱਚ ਜਮਾ ਹੌਣ ਕਰਕੇ ਕਈ ਆਇਨਾ ਦੀ ਵਿਧੀ ਹੋਣ ਜਾਂਦੀ ਹੈ ਤੇ ਸੁਖਮ ਜੀਵ ਜ਼ਿਆਦਾ ਉੱਗ ਜਾਂਦੇ ਆ ਤੇ ਇਹ ਮਨੁੱਖਾਂ ਲਈ ਖਤਰਾ ਹੈ ਰਸਾਇਣਿਕ ਖਾਦਾਂ ਨੂੰ ਤਿਆਰ ਕਰਨ ਦੇ ਵਾਸਤੇ ਊਰਜਾ ਦੀ ਬੜੀ ਮਾਤਰਾ ਦੀ ਲੋੜ ਹੈ ਇਸ ਲਈ ਜਿਦਾ ਨਾਈਟ੍ਰੋਜਨ ਦੀ ਇੱਕ ਇਕਾਈ ਖਾ ਤਿਆਰ ਕਰਨ ਵਾਸਤੇ ਪਥਰਾਟ ਵਾਲਨ 2 ਇਕਾਈ ਲੋਡ ਹੋਏਗੀ। ਤੋਂ ਇਹਨਾਂ ਦੇ ਨਿਰਮਾਣ ਦੇ ਵਿੱਚ ਖਰਚਾ ਕਾਫੀ ਆਂਦਾ ਹੈ। ਬਨੋਟੀ ਖਾਦਾ ਨੂੰ ਪ੍ਰਯੋਗ ਕਰਨ ਦੇ ਸਮੇਂ ਕਈ ਤਰ੍ਹਾਂ ਦੇ ਪ੍ਰਦੂਸ਼ਕ ਪੈਦਾ ਹੋ ਜਾਂਦੇ ਆ। ਇਹਨਾਂ ਦਾ ਮਾੜਾ ਪ੍ਰਭਾਵ ਵਾਤਾਵਰਣ ਤੇ ਪੈਂਦਾ ਹੈ। ਜ਼ਿਆਦਾਤਰ ਜੀਵਨਾਸ਼ਕ ਜੀਵ ਵਿਸ਼ੇਸ਼ ਨਹੀਂ ਹੁੰਦੇ ਜਿਨ੍ਹਾਂ ਦੀ ਵਰਤੋਂ ਕਰਨ ਬਲ ਸਰੂਪ ਅਰੇ ਹੀ ਪੈਸਟ ਪੈਦਾ ਹੋ ਜਾਂਦੇ ਆ ਜਿਹੜੇ ਕੀਟਨਾਸ਼ਕ ਰੋਧੀ ਰੈジਸਟੈਂਟ ਹੁੰਦੇ ਆ ਤੋਂ ਇਹਨਾਂ ਦਾ ਕੀਟਨਾਸ਼ਕ ਦਵਾਈਆਂ ਤੇ ਕੋਈ ਅਸਰ ਨਹੀਂ ਹੁੰਦਾ ਯਾਨੀ ਇਹ ਇਦਾਂ ਦੇ ਜੀਵ ਵੀ ਤਿਆਰ ਹੋ ਜਾਂਦੇ ਆ ਜਿਹੜੇ ਕੀਟਨਾਸ਼ਕ ਦਵਾਈਆਂ ਦੇ ਨਾਲ ਮਰਦੇ ਵੀ ਨਹੀਂ ਐ ਅੱਗੇ ਆ ਜੀ ਰਸਾਇਣਿਕ ਖਾਦਾਂ ਦੇ ਉਤਪਾਦਨ ਸਮੇਂ ਪ੍ਰਬੰਧਨ ਦੇ ਵਕਤ ਕਈ ਪ੍ਰਕਾਰ ਦੇ ਪਦਾਰਥ ਪੈਦਾ ਹੁੰਦੇ ਜਿਹੜੇ ਕੀ ਨਾਸ ਪ੍ਰਦੂਸ਼ਣ ਕਰਦੇ ਆ ਸਗੋਂ ਫਸਲ ਤੇ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਂਦੇ ਆ ਐਡਵਾਂਟੇਜ ਬਾਇਓ ਫਰਟੀਲਾਈਜ਼ਰ ਦੇ ਕਿਹੜੇ ਕਿਹੜੇ ਆ ਜੀਵ ਖਾਦਾ ਦੀ ਵਰਤੋਂ 15 ਤੋਂ 35% ਝਾੜ ਵਾਧਾ ਕਰਦੀ ਐ ਨਾਈਟ੍ਰੋਜਨ ਦੇ ਯੋਗਿਕ ਕਰਨ ਤੋਂ ਇਲਾਵਾ ਬੈਕਟੀਰੀਆ ਤੇ ਸਾਈਨੋ ਬੈਕਟੀਰੀਆ ਕੁਝ ਅਜਿਹੇ ਵਿਕਾਸ ਹਾਰਮੋਨ ਵੀ ਪੈਦਾ ਕਰਦੇ ਜਿਹੜੇ ਪੌਦੇ ਦੇ ਵਤਨ ਲਈ ਸਹਾਈ ਐ ਕਈ ਜੀਵ ਇੱਕ ਸਕਿੰਡ ਕਈ ਜੀਵ ਫਰਟੀਲਾਈਜ਼ਰ ਅਜਿਹੇ ਵੀ ਹਰ ਨੇ ਜਿਹੜੇ ਫਸਲਾਂ ਦੇ ਝਾੜ ਵਿੱਚ ਵਾਦਾ ਕਰਦੇ ਭਾਵੇਂ ਇਹਨਾਂ ਫਸਲਾਂ ਦੀ ਸਿੰਚਾਈ ਠੀਕ ਤਰ੍ਹਾਂ ਨਾ ਵੀ ਹੋਵੇ ਯਾਨੀ ਘੱਟ ਪਾਣੀ 'ਚ ਵੀ ਫਸਲ ਵਧੀਆ ਹੋ ਜਾਂਦੀ ਹੈ ਕਈ ਜੀਵ ਖਾਦਾਂ ਦੀ ਵਰਤੋਂ ਕਰਨ ਨਾਲ ਪ੍ਰਦੂਸ਼ਣ ਨਹੀਂ ਹੁੰਦਾ ਜੀਵ ਖਾਦਾਂ ਸਨਮੀ ਤੇ ਸਸਤੀਆਂ ਹਨ ਜੀਵ ਖਾਦਾਂ ਦੁਆਰਾ ਉਤਪਾਦਨ ਕੀਤੇ ਗਏ ਐਂਟੀਬਾਇਓਟਿਕ ਪੈਸਟੀਸਾਈਡ ਵਜੋਂ ਵੀ ਕਾਰਜ ਕਰਦੇ ਆ ਬਾਇਓ ਫਰਟੀਲਾਈਜ਼ਰ ਦੀ ਵਰਤੋਂ ਜ਼ਮੀਨ ਦੇ ਭੌਤਿਕ ਤੇ ਰਸਾਇਣਿਕ ਗੁਣਾ ਵਿੱਚ ਸੁਧਾਰ ਲਿਆਉਂਦੀ ਹੈ। ਠੀਕ ਹੈ ਜੀ। ਅੱਗੇ ਹੈ ਕਿਰਸਾਨੀ ਖੇਤੀ ਫਾਰਮਿੰਗ ਅਤੇ ਖੇਤਾਂ ਦੀਆਂ ਵੱਖ-ਵੱਖ ਕਿਸਮਾਂ ਦਾ ਵਰਣਨ ਕਰੋ ਜਿਹੜੀਆਂ ਕਿ ਕਾਇਮ ਰਹਿਣ ਯੋਗ ਜਰਾਇਤ ਲਈ ਲਾਹੇਵੰਦ ਹੈ। ਵਾਤਾਵਰਨ ਨਿਰਵਾਪਨ এনवायरमेंट ਹੈਲਥ ਇਕਨੋਮਿਕਲ ਪ੍ਰੋਫਿਟੈਬਿਲਟੀ ਸੋਸ਼ਲ ਐਂਡ ਇਕਨੋਮਿਕਲ ਇਕਵਿਟੀ ਇਹ ਸਾਰੇ ਇਹਦੇ ਵਿੱਚ ਆਉਂਦੇ ਆ। ਇਹਦੇ ਵਿੱਚ ਚੀਜ਼ਾਂ ਦੇਖੀਆਂ ਜਾਂਦੀਆਂ ਪਹਿਲਾ ਐਚ ਹੈ ਜੀ ਮਿਕਸਡ ਫਾਰਮਿੰਗ ਮਿਕਸਡ ਫਾਰਮਿੰਗ ਦੱਸਿਆ ਜੇ ਇੱذ ਵਿੱਚ ਇਕੱਠੀਆਂ ਅਸੀਂ ਫਸਲਾਂ ਉਗਾਵਾਂਗੇ ਗਾਵਾਂ ਮੱਝਾਂ ਬੱਕਰੀਆਂ ਪੇਡਾਂ ਸੂਰਾਂ ਦਾ ਪਾਲਣਾ ਵੀ ਇਕੱਠਾ ਕਰਦੇ ਨੂੰ ਮਿਕਸ ਫਾਰਮਿੰਗ ਕਹਿੰਦੇ ਆ ਇਹਨਾਂ ਵਾਤਾਵਰਣ ਨੂੰ ਫਾਇਦਾ ਹੁੰਦਾ ਹੈ ਫਸਲੀ ਚੱਕਰ ਫਸਲੀ ਚੱਕਰ ਹੁੰਦਾ ਹੈ ਕਿ ਫਸਲ ਨੂੰ ਬੀਜ ਕੇ ਉਹਦੇ ਬਾਅਦ ਖੇਤ ਨੂੰ ਥੋੜਾ ਖੁੱਲਾ ਛੱਡਣਾ ਤਾਂ ਕਿ ਉਹਦੇ ਵਿੱਚ ਪੋਸ਼ਕ ਤੱਤ ਜੋ ਹੈ ਪੂਰੇ ਹੋ ਸਕਣ ਇਹਨੂੰ ਫਸਲੀ ਚੱਕਰ ਦਾ ਜੋ ਅਸੀਂ ਨਾਮ ਦਿੰਨੇ ਆ ਫਸਲੀ ਚੱਕਰ ਦੇ ਫਾਇਦੇ ਕੀ ਹੈ ਫਸਲੀ ਚੱਕਰ ਕਾਰਨ ਉਪਜਾਊ ਸ਼ਕਤੀ ਵਧਦੀ ਹੈ ਭੂਮੀ ਦੀ ਝਾੜ ਵਧਦਾ ਹੈ ਪੋਸ਼ਟਿਕ ਪਦਾਰਥਾਂ ਦੀ ਕਮੀ ਪੂਰੀ ਹੁੰਦੀ ਹੈ ਨਦੀਨ ਰੋਗਾਂ ਹਾਨੀ ਕਰ ਕੀਟਾਂ ਦੀ ਸੰਖਿਆ 'ਚ ਕਮੀ ਆਂਦੀ ਹੈ ਫਸਲੀ ਚੱਕਰ ਦੇ ਕਾਰਨ ਉਤਪਾਦਨ ਦੀ ਗੁਣਵੱਤਾ ਵਧਦੀ ਹੈ ਜਦੋਂ ਵਕ ਵਕ ਫਸਲਾਂ ਨੂੰ ਬਦਲ ਬਦਲ ਕੇ ਬੀਜਿਆ ਜਾਂਦਾ ਹੈ ਅਜਿਹਾ ਕਰਨ ਵਾਸਤੇ ਜਿਹੜੀਆਂ ਵਿਧੀਆਂ ਜਾਂ ਭੋਹ ਦੀ ਤਿਆਰੀ ਖਾਦ ਪਾਣਾ ਬਿਜਾਈ ਫਸਲ ਦੀ ਕਟਾਈ ਇਹ ਜੋ ਚੀਜ਼ਾਂ ਨੇ ਇਹ ਸਰਗਰਮੀਆਂ ਸਾਲ ਭਰ ਚੱਲਦੀਆਂ ਪਰ ਵੰਡ ਕੇ ਜਾਰੀ ਰਹਿੰਦੀਆਂ ਤੇ ਇਸ ਤਰ੍ਹਾਂ ਕੰਮ ਕਾਜ ਦਾ ਬੋਝ ਵੀ ਬਹੁਤ ਜ਼ਿਆਦਾ ਨਹੀਂ ਪੈਂਦਾ ਫਸਲੀ ਚੱਕਰ ਨਾਲ ਫਸਲ ਦੇ ਸੁਧਾਰ ਲਈ ਬਾਇਓ ਟੈਕਨੋਲੋਜੀ ਦੀ ਭੂਮਿਕਾ ਇੰਪਰੂਵਿੰਗ ਕ੍ਰੌਪ ੀਲਡ ਇਹ ਜਿਹੀਆਂ ਪ੍ਰਜਾਤੀਆਂ ਬਾਇਓ ਟੈਕਨੋਲੋਜੀ ਨੇ ਤਿਆਰ ਕੀਤੀਆਂ ਜਿਹਦੇ ਨਾਲ ਰੋਗ ਨਦੀਨਾ ਤੇ ਕੀਟਾਂ ਦੇ ਜੋ ਹਮਲੇ ਤੋਂ ਬਚਿਆ ਜਾਂਦਾ ਹੈ ਰਸਾਇਣਾਂ ਦੀ ਘਟ ਵਰਤੋਂ ਇਹਨੀਆਂ ਵੈਰਾਈਆਂ تیار ਕੀਤੀਆਂ ਜਿਨ੍ਹਾਂ ਨੂੰ ਨਦੀਨ ਨਸ਼ਕ ਦਵਾਈਆਂ ਕੀਟਨਾਸ਼ਕ ਦਵਾਈਆਂ ਨਹੀਂ ਪਾਣੀਆਂ ਪੈਂਦੀਆਂ ਤੇ ਖਾਦਾਂ ਜੋ ਹੈ ਘੱਟ ਪਾਣੀਆਂ ਪੈਂਦੀਆਂ ਭੋਜਨ ਦੀ ਗੁਣਵੱਤਾ 'ਚ ਸੁਧਾਰ ਇਦਾਂ ਦੀਆਂ ਟੈਕਨੋਲੋਜੀ ਨਾਲ ਫਸਲਾਂ ਤਿਆਰ ਕੀਤੀਆਂ ਜਿਹਦੇ ਵਿੱਚ ਭੋਜਨ ਦੇ ਵਿੱਚ ਗੁਣਵੱਤਾ ਵਧੀ ਹੈ ਠੀਕ ਹੈ ਜਿਦਾ ਬ੍ਰੌਨ ਰਾਈਸ ਵਿੱਚ ਵਿਟਾਮਿਨ A ਹੋ ਗਿਆ ਤੋਂ ਬੀਟਾ ਕੈਰੋਟਿਨ ਦੇ ਜੀਨ ਜੋ ਹੈ ਗਾਜਰ ਤੋਂ ਲੈ ਕੇ ਪਾਏ ਨੇ ਵਾਤਾਵਰਨ ਸਨਹੀ এনवायरमेंट ਫ੍ਰੈਂਡਲੀ এনवायरमेंट ਦੇ ਪ੍ਰਦੂਸ਼ਣ ਨੂੰ ਖਤਮ ਕਰਨ ਦੇ ਵਿੱਚ ਵੀ ਯੋਗਦਾਨ ਨਿਭਾਉਂਦੀ ਹੈ ਅਗਲਾ ਪ੍ਰਸ਼ਨ ਹੈ ਭੋਜਨ ਸੁਰੱਖਿਆ ਦੀਆਂ ਵਿਧੀਆਂ ਕਿਹੜੀਆਂ ਨੇ ਪਹਿਲਾ ਜੀ ਨਿਰਜਲੀਕਰਨ ਤੇ ਧੁੱਪ ਚਸਕਾਣਾ ਪਾਣੀ ਨੂੰ ਬਾਹਰ ਕੱਢਣਾ ਡੀਹਾਈਡਰੇਸ਼ਨ ਕਹਿੰਦੇ ਆ ਜਾਨੀ ਧੁੱਪ 'ਚ ਜਿੰਨਾ ਸਕਾਵਾਂਗੇ ਉਹਦੇ ਵਿੱਚ ਪਾਣੀ ਨਿਕਲ ਜਾਏਗਾ ਸਬਜ਼ੀਆਂ ਫਲਾਂ ਦਾ ਤਾਂ ਇਸ ਤਰ੍ਹਾਂ ਜੋ ਪਾਣੀ ਜਿੰਨਾ ਘੱਟ ਹੋਏਗਾ ਉਹਨਾਂ ਫੰਗਸ ਤੇ ਹੋਰ ਸੁਖਮ ਜੀਵਾ ਦਾ ਹਮਲਾ ਘੱਟ ਹੋਏਗਾ ਇਸ ਤਰ੍ਹਾਂ ਸੁਰੱਖਿਆ ਹੋ ਜਾਂਦੀ ਹੈ ਨਮਕ ਲਾ ਕੇ ਤੇ ਖੰਡ ਦੀ ਵਰਤੋਂ ਨਾਲ ਇਸ ਤਰ੍ਹਾਂ ਵੀ ਜਦਾ ਮੱਛੀ ਵਗੈਰਾ ਨੂੰ ਫਲਾਂ ਨੂੰ ਸੁਰੱਖਿਅਤ ਕੀਤਾ ਜਾ ਸਕਦਾ ਹੈ ਇਦੇ ਨਾਲ ਜੋ ਪਾਣੀ ਜੋ ਬਾਹਰ ਨਿਕਲ ਜਾਂਦਾ ਹੈ ਤੇ ਸੂਖਮ ਜੀਵਾਂ ਦਾ ਜੋ ਹਮਲਾ ਨਹੀਂ ਹੁੰਦਾ ਡੀਪ ਫ੍ਰੀਜ਼ਿੰਗ ਕਾਫੀ ਠੰਡੇ ਫ੍ਰਿਜ ਦੇ ਵਿੱਚ ਕਰ ਸਕਦੇ ਆ ਇਹਨੂੰ ਇਸ ਤਰ੍ਹਾਂ ਐਨਜ਼ਾਈਮ ਦੀ ਕਿਰਿਆਸ਼ੀਲਤਾ ਘਟ ਜਾਂਦੀ ਹੈ ਤੇ ਜੋ ਸਾਡੀ ਫਸਲਾਂ ਸਬਜ਼ੀਆਂ ਮੀਟ ਮਾਸ ਵਗੈਰਾ ਖਰਾਬ ਨਹੀਂ ਹੁੰਦਾ ਰਸਾਇਣਿਕ ਸੰਭਾਲ ਕਿ ਇਦਾਂ ਦੇ ਕੈਮੀਕਲ ਨੇ ਉਹਨਾਂ ਨੂੰ ਲਗਾ ਕੇ ਜਾਂ ਉਹਦੇ ਵਿੱਚ ਭਿਜੋ ਕੇ ਅਸੀਂ ਬਚਾ ਸਕਦੇ ਆ ਜਿਹਦਾ ਮੈਟਾ ਬਿਸਲਫੇਟ ਪ੍ਰਿਜ਼ਰਵੇਟਿਵ ਹੈ ਸੇਬ ਲੀਚੀ ਕੱਚੇ ਅੰਬ ਤਿਆਰ ਕਰਨ ਜਾਣ ਮਰਬੇ ਬਣਾਉਣ ਲਈ ਦੀ ਵਰਤਦਾ ਹੁੰਦੀ ਹੈ ਇਹਨਾਂ ਤੋਂ ਇਲਾਵਾ ਵਪਾਰਿਕ ਪੱਧਰ ਤੇ ਤਿਆਰ ਕਰਨ ਵਾਸਤੇ ਖਾਦ ਪਦਾਰਥਾਂ ਦੀ ਸੁਰੱਖਿਆ ਵਾਸਤੇ ਕਈ ਪਿੰਨ ਪਿੰਨ ਵਿਧੀਆਂ ਹਨ ਡੱਬਾ ਬੰਦ ਕੈਨਿੰਗ ਬੋਤਲ ਬੰਦ ਬੋਟਲਿੰਗ ਡ੍ਰੈਗਿੰਗ ਇਹ ਸਾਰੇ ਤਰੀਕੇ ਨੇ ਇਹਦੇ ਨਾਲ ਅਸੀਂ ਜੋ ਹੈ ਸਟੋਰੇਜ ਕਰ ਸਕਦੇ ਹਾਂ ਖੇਤੀ ਉਤਪਾਦਾਂ ਦੇ ਪ੍ਰਬੰਧਨ ਦੀਆਂ ਕਿਹੜੀਆਂ-ਕਿਹੜੀਆਂ ਪਧਤੀਆਂ ਹਨ ਇਦੇ ਵਿੱਚ ਪਹਿਲਾ ਹੁੰਦਾ ਜੀ ਭੰਡਾਰਨ ਸਟੋਰ ਕਰਨਾ ਜਦ ਅਸੀਂ ਫਸਲ ਨੂੰ ਖੇਤੋਂ ਕੱਟ ਕੇ ਲਿਆਨੇ ਆ ਨੂੰ ਸੁਕਾ ਕੇ ਸੰਭਾਲ ਕੇ ਸਟੋਰ ਕਰਨਾ ਇਹਦੇ ਵਿੱਚ ਜੈਵਿਕ ਕਾਰਨ ਭੰਡਾਰਨ ਦੇ ਦੌਰਾਨ ਭੋਜਨ ਵਿੱਚ ਖਰਾਬ ਕਰਨ ਦੇ ਲਈ ਕਈ ਪ੍ਰਕਾਰ ਦੇ ਜੀਪ ਹੋ ਜਾਂਦੇ ਜਿਆਦਾਤਰ ਹਿੱਸੇ ਖਰਾਬ ਕਰ ਦਿੰਦੇ ਆ ਖਾਦ ਪਦਾਰਥਾਂ ਦਾ ਸਭ ਤੋਂ ਵੱਧ ਨੁਕਸਾਨ ਭੰਡਾਰਨ ਦੇ ਦੌਰਾਨ ਹੀ ਹੁੰਦਾ ਸੋ ਹਾਨੀ ਦੇ ਮੁੱਖ ਤਰੀਕੇ ਜਿੱਦਾਂ ਕੁਤਰਾ ਕਰਨ ਵਾਲੇ ਜੀਵ ਚੂਹੇ ਪੰਛੀ ਪ੍ਰਾਣੀ ਕੀੜੇ ਤੇ ਬੈਕਟੀਰੀਆ ਇਹਨਾਂ ਦਾ ਜੋ ਹੈ ਕਮਲਾ ਹੋ ਜਾਂਦਾ ਤੇ ਨੁਕਸਾਨ ਹੁੰਦਾ ਹੈ ਅਜੈਵਿਕ ਕਾਰਨ ਵੀ ਹੁੰਦੇ ਆ ਕਿ ਜਿੱਦਾਂ ਸੇਲ ਤਾਪਮਾਨ ਜਲ ਵਾਸ਼ਪ ਜੇ ਇਹਨਾਂ ਦੀ ਮਾਤਰਾ ਵੱਧ ਜਾਵੇ ਤਾਂ ਭੰਡਾਰਨ ਠੀਕ ਨਹੀਂ ਹੁੰਦਾ ਤੇ ਉਹਦੇ ਵਿੱਚ ਕਈ ਤਰ੍ਹਾਂ ਦੀਆਂ ਉਲੀਆਂ ਲੱਗ ਜਾਂਦੀਆਂ ਤੇ ਕੀੜੇ ਪੈ ਜਾਂਦੇ ਆ ਭੰਡਾਰ ਸੁਰੱਖੋਂ ਦੇ ਤਰੀਕੇ ਕਈ ਤਰੀਕੇ ਆ ਖੁਸ਼ਕਣਪਾਰਾ ਰਨ ਡਰਾਈ ਸਟੋਰੇਜ ਸੀਲਤ ਪੰਹਾਰਨ ਕੋਲਡ ਸਟੋਰੇਜ ਦੋ ਤਰੀਕੇ ਦੇ ਨਾਲ ਅਸੀਂ ਸਟੋਰੇਜ ਕਰ ਸਕਦੇ ਹਾਂ ਉਹਦੇ ਬਾਅਦ ਹੈ ਸੁਰੱਖਿਆ ਪ੍ਰੀਜ਼ਰਵੇਸ਼ਨ ਇਹ ਤੁਹਾਨੂੰ ਦੱਸਿਆ ਭੋਜਨ ਖਰਾਬ ਹੋਣ ਤੋਂ ਬਚਾਉਣ ਲਈ ਕਈ ਤਰੀਕੇ ਜਿਦਾ ਨਮਕ ਲਗਾੜਾ ਨਿਰਜਲੀਕਰਨ ਖੰਡ ਲੂਣ ਤੇ ਕਈ ਰਸਾਇਣਾਂ ਦੀ ਵਰਤੋਂ ਪ੍ਰੋਸੈਸਿੰਗ ਸਾਫ਼ ਕਰਨਾ ਭੋਜਨ ਨੂੰ ਜਿੱਦਾਂ ਛਿਲਕੇ ਉਤਾਰਨਾ ਹਸਕਿੰਗ ਕਟਾਈ ਕਰਨਾ ਥਰੇਸ਼ਿੰਗ ਪੀਸਣਾ ਕਈ ਤਰੀਕੇ ਜਿਨ੍ਹਾਂ ਭੋਜਨ ਸਾਫ਼ ਹੁੰਦਾ ਹੈ ਜਦਾ ਚਾਹ ਦੀਆਂ ਪੱਤੀਆਂ ਸੁਖਾ ਕੇ ਵਕ ਵਕ ਕਰਨਾ ਸોર્ટ ਕਰਨਾ ਪੈਕਿੰਗ ਕਰਨਾ ਕਾਫੀ ਦੀਆਂ ਫਲੀਆਂ ਨੂੰ ਸੁਕਾਣਾ ਬਾਅਦ ਵਿੱਚ ਖਮੀਰ ਉਠਾ ਜਾਂਦਾ ਤੇ ਅਜਿਹਾ ਕਰਨ ਨਾਲ ਖਮੀਰ ਉਠਾਈ ਹੁੰਦੀ ਹੈ ਫਰਮੈਂਟ ਤੇ ਕਾਫੀ ਮਰੀਆ ਬਣਦੀ ਹੈ ਦੁੱਧ ਤੇ ਦੁੱਧ ਤੋਂ ਬਣੇ ਪਦਾਰਥ ਫਾਸਟਰੀਕਰਨ ਦਾ ਹੀ ਪ੍ਰੋਸੈਸ ਹੁੰਦੇ ਆ ਗੰਨੇ ਦੀ ਪ੍ਰੋਸੈਸਿੰਗ ਕਰਨ ਕਰਕੇ ਗੁੜ ਦੀ ਸ਼ੱਕਰ ਸਫੇਦ ਰਵਿਆਂ ਵਾਲੀ ਖੰਡ ਤਿਆਰ ਹੁੰਦੀ ਹੈ ਜੌਆਂ ਤੇ ਵਾਈਨ ਤੇ ਵੀਰ ਤਿਆਰ ਹੁੰਦੀ ਤੋਂ ਇਸ ਤਰ੍ਹਾਂ ਕਈ ਤਰੀਕੇ ਆ ਇਦਾਂ ਅਸੀਂ ਕਈ ਪਦਾਰਥ ਜੋ ਹੈ ਭੋਜਨ ਚ ਐਡ ਕਰ ਸਕਦੇ ਆ ਜਿਦਾ ਲੋਹਾ ਵਿਟਾਮਿਨ ਬੀ ਥਾਇਆਮੀਨ ਸਕਰਬਿਕ ਐਸਿਡ ਤੇ ਭੋਜਨ ਵਧੀਆ ਤਿਆਰ ਹੁੰਦਾ ਹੈ ਟੋਆਟਵਾਈ ਟੋਆਟਵਾਈ ਦੇ ਵਧੀਆ ਸਾਧਨ ਚਾਹੀਦੇ ਆ ਟਰੱਕ ਟਰੈਕਟਰ ਟਰਾਲੀਆਂ ਵਗੈਰਾ ਦੀ ਵਰਤੋਂ ਹੋਣੀ ਚਾਹੀਦੀ ਹੈ ਸੋ ਇਹ ਸੀ ਜੀ ਅੱਜ ਦਾ ਪਾਠ ਟਿਕਾਊ ਖੇਤੀਬਾੜੀ ਸਸਟੇਨੇਬਲ ਐਗਰੀਕਲਚਰ ਪਾਰਟ 3 ਪਾਠ ਨੰਬਰ 12 ਕਿਦਾਂ ਵੀਡੀਓ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਅਗਲੇ ਵੀਡੀਓ ਵਿੱਚ ਅਸੀਂ ਬਾਕੀ ਦੇ ਜੋ ਚੈਪਟਰ ਲੈ ਕੇ ਆਵਾਂਗੇ ਧੰਨਵਾਦ